ਪਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹਰਨੀਹਾ ਗੁਲਾਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਲੈਕਸ਼ਨਸ 2021 ਤੇ ਆਧਾਰਿਤ ਸਾਡਾ ਇੱਕ ਖਾਸ ਪ੍ਰੋਗਰਾਮ ਵੋਟਰ ਟਾਕਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਰੂਬੀ ਸਹੋਤਾ ਜੀ, ਜੋ ਕਿ ਬ੍ਰੈਂਪਟਨ ਨਾਰਥ ਤੋਂ ਲਿਬਰਲ ਕੈਂਡੀਡੇਟ ਹਨ, 2015 ਤੋਂ ਐਮ ਪੀ ਦੇ ਫੋਰਮ 'ਚ ਸਰਵ ਕਰ ਰਹੇ ਹਨ ਅਤੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਲੋਕਾਂ ਦੀ ਸਪੋਰਟ ਹੈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਲਿਬਰਲ ਦੀ ਅੱਗੇ ਕੀ ਸਟ੍ਰੈਟਜੀਜ਼ ਰਹਿਣਗੀਆਂ। ਸੋ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਟੂਡੇ। ਵੀ ਨੋ ਦੈਟ ਯੂ ਬੀਨ ਰੀਅਲੀ ਵਰਕਿੰਗ ਹਾਰਡ ਟੂ ਕਿਕ ਸਟਾਰਟ ਯੂਅਰ ਕੈਂਪੇਨ। ਹਾਊ ਇਜ਼ ਇਟ ਗੋਇੰਗ ਸੋ ਫਾਰ? ਕੈਸਾ ਕਿੱਦਾਂ ਜਾ ਰਿਹਾ ਕੈਂਪੇਨ ਤੁਹਾਡਾ? ਥੈਂਕ ਯੂ ਫੋਰ ਹੈਵਿੰਗ ਮੀ ਔਨ। ਕੈਂਪੇਨ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈਗਾ, ਜਿਸ ਤਰ੍ਹਾਂ ਕੈਂਪੇਨ ਚੱਲਣਾ ਚਾਹੀਦਾ ਹੈਗਾ। ਵੀ ਹੈਵ ਯੂ ਨੋ ਵਿਦ ਗੋਡਸ ਗ੍ਰੇਸ ਲੋਟਸ ਆਫ ਸਪੋਰਟ ਐਂਡ ਹੈਲਪ ਵਾਲੰਟੀਅਰਸ। ਕੈਂਪੇਨ ਟੀਮ ਜਦੋਂ ਕੈਂਪੇਨ ਸ਼ੁਰੂ ਹੋ ਜਾਂਦੀ ਹੈ, ਤੁਸੀਂ ਰੀਅਲਾਈਜ਼ ਕਰਦੇ ਹੈਗੇ ਹੋ ਵੀ ਇੱਕ ਕੈਂਪੇਨ ਲਈ ਕਿੰਨੀ ਸਪੋਰਟ ਦੀ ਲੋੜ ਹੁੰਦੀ ਆ। ਸੋ ਮੈਨੀ ਪੀਪਲ ਕਮ ਆਊਟ ਐਂਡ ਇਟ ਇਜ਼ ਓਵਰਵੈਲਮਿੰਗ। ਜੋ ਸਪੋਰਟ ਮੈਨੂੰ ਇਸ ਵਾਰ ਮਿਲ ਰਹੀ ਹੈਗੀ ਆ, ਆਈ ਵੁੱਡ ਸੇ ਹਰ ਇੱਕ ਸਾਲ ਮੈਨੂੰ ਵੱਧਦੀ ਜਾ ਰਹੀ ਹੈਗੀ ਆ ਸਪੋਰਟ, ਐਂਡ ਇਟਸ ਰੀਅਲੀ ਹਾਰਡਵਾਰਮਿੰਗ। ਰਾਈਟ ਰਾਈਟ। ਯੂ ਫਸਟ ਗੋਟ ਇਲੈਕਟਿਡ ਇਨ 2015, ਉਸ ਵੇਲੇ ਦੀ ਕੈਂਪੇਨਿੰਗ 'ਚ ਇਸ ਹੁਣ ਜਿਹੜੀ ਪੈਂਡੈਮਿਕ 'ਚ ਕੈਂਪੇਨਿੰਗ ਚੱਲ ਰਹੀ ਹੈ, ਕੀ ਡਿਫਰੈਂਸ ਤੁਹਾਨੂੰ ਖਾਸ ਲੱਗ ਰਿਹਾ? ਮੈਨੂੰ ਲੱਗ ਰਿਹਾ ਸੀਗਾ ਵੀ ਬਹੁਤ ਜ਼ਿਆਦਾ ਡਿਫਰੈਂਸ ਹੋਊਗਾ ਕੈਂਪੇਨ ਦੇ ਵਿੱਚ ਇਸ ਵਾਰ ਵੀ ਡੋਰਾਂ 'ਤੇ ਵੀ ਜਦੋਂ ਅਸੀਂ ਜਾਵਾਂਗੇ, ਕਿਉਂਕਿ ਮੇਨ ਚੀਜ਼ ਡੋਰ ਨੋਕਿੰਗ ਹੁੰਦੀ ਆ ਕੈਂਪੇਨ ਦੇ ਵਿੱਚ। ਆਈ ਨੋ ਦੈਟ ਚਲੋ ਇੰਡੀਆ ਦੇ ਵਿੱਚ ਵੀ ਜਿੱਥੋਂ ਆਪਣੇ ਮੋਸਟਲੀ ਵਿਊਅਰਸ ਆਉਂਦੇ ਹੈਗੇ ਆ ਓਰੀਜਨਲੀ, ਉੱਥੇ ਵੀ ਘਰਾਂ ਦੇ ਵਿੱਚ ਜਾ ਕੇ ਉਹ ਆਈਡੈਂਟੀਫਾਈ ਕਰਦੇ ਹੈਗੇ ਆ ਵੀ ਉਸ ਘਰ ਦੇ ਵੋਟਸ ਕਿਸ ਤਰ੍ਹਾਂ ਪਾਉਣਗੇ ਉਹ। ਇਹ ਮੇਨ ਚੀਜ਼ ਹੈਗੀ ਆ ਇਸ ਕੈਂਪੇਨ ਦੀ। ਇੱਥੇ ਰੈਲੀਜ਼ ਜਾਂ ਹੋਰ ਚੀਜ਼ਾਂ ਘੱਟ ਹੁੰਦੀਆਂ ਹੈਗੀਆਂ ਨੇ, ਅਤੇ ਮੇਨਲੀ ਡੋਰ ਨੋਕਿੰਗ ਕੀਤੀ ਜਾਂਦੀ ਹੈਗੀ ਆ ਜਾਂ ਫੋਨ ਕਾਲਸ। ਸੋ ਵੀ ਓਰੀਜਨਲੀ ਥੋਟ ਵੀ ਮੋਸਟਲੀ ਫੋਨ ਕਾਲਸ 'ਤੇ ਹੀ ਚੱਲੂਗਾ ਕੰਮ, ਕਿਉਂਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਲੋਕਾਂ ਦੇ ਨਾਲ ਇੱਕ ਇਨ ਟੱਚ ਰਹਿਣ ਲਈ ਵੀਕਐਂਡਸ 'ਤੇ ਵੀ ਫੋਨ ਕਾਲਸ ਰੈਂਡਮਲੀ ਰਾਈਡਿੰਗ ਦੇ ਵਿੱਚ ਕਰਦੇ ਸੀਗੇ ਲੋਕਾਂ ਦੇ ਖਿਆਲ ਐਂਡ ਵਿਊ ਸੁਣਨ ਲਈ। ਵੀ ਜਦੋਂ ਅਸੀਂ ਡੋਰਾਂ 'ਤੇ ਪਹੁੰਚਾਂਗੇ ਵੀ ਸ਼ਾਇਦ ਇੰਨਾ ਵਾਰਮ ਰਿਸੈਪਸ਼ਨ ਨਹੀਂ ਹੋਊਗਾ, ਪਰ ਆਰ ਵਾਲੰਟੀਅਰਸ ਆਲ ਵੇਅਰ ਦੇਅਰ ਮਾਸਕ, ਦੇ ਆਲ ਕੀਪ ਡਿਸਟੈਂਸ ਫਰੋਮ ਦ ਪੋਰਚ, ਯੂ ਨੋ, ਨੋਕ ਕਰਕੇ ਉਹ ਮਗਰ ਹਟ ਜਾਂਦੇ ਹੈਗੇ ਹਨ। ਅੱਜ ਹਜੇ ਤੱਕ ਸਾਨੂੰ ਇਸ ਤਰ੍ਹਾਂ ਦਾ ਕਿਸੇ ਨੇ ਯੂ ਨੋ ਜਵਾਬ ਨਹੀਂ ਦਿੱਤਾ ਹੈਗਾ ਵੀ ਤੁਹਾਨੂੰ ਡੋਰ ਨੋਕਿੰਗ ਨਹੀਂ ਕਰਨੀ ਚਾਹੀਦੀ ਇਸ ਟਾਈਮ 'ਤੇ। ਸੋ ਆਈ ਥਿੰਕ ਪੀਪਲ ਆਰ ਵੈਰੀ ਮੱਚ, ਪੈਂਡੈਮਿਕ ਤੋਂ ਬਾਅਦ ਕਾਫੀ ਲੋਕ ਲੋਨਲੀ ਵੀ ਫੀਲ ਕਰ ਰਹੇ ਨੇ, ਕਾਫੀ ਲੋਕਾਂ ਤੋਂ ਆਪਣੇ ਜਿਹੜੇ ਉਹਨਾਂ ਦੇ ਸੋਚ ਨੇ ਖਿਆਲ ਨੇ ਉਹਨਾਂ ਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੇ ਹੈਗੇ ਕਿੰਨੇ ਚਿਰ ਤੋਂ। ਸੋ ਦੇ ਵਾਂਟ ਟੂ ਟਾਕ, ਲੋਟ ਆਫ ਡੋਰਸ ਵਾਂਟ ਟੂ ਟਾਕ ਫਾਰ ਅ ਲੌਂਗ ਟਾਈਮ, ਐਂਡ ਉਹ ਆਪਣੇ ਓਪੀਨੀਅਨਸ ਸ਼ੇਅਰ ਕਰਨਾ ਚਾਹੁੰਦੇ ਹੈਗੇ ਆ। ਬਾਕੀ ਜਿਹੜਾ ਮਾਹੌਲ ਕੈਂਪੇਨ ਆਫਿਸ ਦੇ ਵਿੱਚ ਆ, ਯੈਸ, ਅਸੀਂ ਜਿੰਨੀਆਂ ਵੱਡੀਆਂ ਗੈਦਰਿੰਗਸ ਕਰਦੇ ਹੁੰਦੇ ਸੀ ਪਹਿਲਾਂ ਉਹ ਨਹੀਂ ਕਰ ਸਕਦੇ ਹੈਗੇ। ਜੇ ਕੋਈ ਗੈਦਰਿੰਗ ਕਰਦੇ ਹਾਂ ਮੋਸਟਲੀ ਬਾਹਰ ਕਰਨੀ ਪੈਂਦੀ ਹੈਗੀ ਆ, which is fine, that's not a big difference. And of course mask enforced, masks mandatory hai gine indoor jada bhi hunda hai ga, so ehi fark hai ga, par baki jo spirit hai gi har ik di jo involvement hai ohde vich koi khas fark nahi. Right. The to see you're also highly qualified, you graduated from McMaster's University and then you pursued your law course in United States. Yeah. The legal career to political career da transformation tonu kyun mehsoos hoya? ਦੇਖੋ, ਮੈਂ ਛੋਟੀ ਹੁੰਦੀ ਤੋਂ ਹੀ ਪੋਲੀਟੀਕਲ ਥੋੜ੍ਹਾ ਜਿਹਾ ਇੰਟਰਸਟ ਸੀਗਾ, ਉਹ ਵੱਧਦਾ ਗਿਆ ਜਦੋਂ ਮੈਂ ਵੱਡੀ ਹੁੰਦੀ ਗਈ। ਆਈ ਸਟੱਡੀ ਪੋਲੀਟੀਕਲ ਸਾਇੰਸ ਐਂਡ ਪੀਸ ਸਟੱਡੀਜ਼। ਆਈ ਥੋਟ ਮੇ ਬੀ ਵੀ ਮੈਂ ਸ਼ਾਇਦ ਇੱਕ ਦਿਨ ਯੂ ਨੋ ਪੋਲਿਸੀ ਦੇ ਵਿੱਚ ਕੋਈ ਹਿੱਸਾ ਪਾ ਸਕਦੀ ਹੈਗੀ ਹਾਂ, ਬਟ ਦੈਨ ਯੂ ਨੋ ਨੈਚੁਰਲੀ ਆਈ ਆਲਸੋ ਵਾਜ਼ ਵੈਰੀ ਆਊਟਸਪੋਕਨ, ਵੈਰੀ ਵੋਕਲ ਪਰਸਨ ਐਜ਼ ਅ ਚਾਈਲਡ, ਐਂਡ ਐਡਵੋਕੇਟ ਹੈਸ ਟੂ ਬੀ, ਆਈ ਗੈਸ, ਐਂਡ ਐਨ ਐਡਵੋਕੇਟ ਹੈਸ ਟੂ ਬੀ, ਸੋ ਆਈ ਰੀਲੀ ਵਾਂਟਡ ਟੂ ਐਡਵੋਕੇਟ ਫੋਰ ਪੀਪਲ, ਐਂਡ that's what a lawyer does, advocates for people. It's the same thing a parliamentarian or a politician does, advocates for people. It just tarika different hai gaya. So kuch saalan de 5-6 saalan de experience to baad I felt that maybe jadon opportunity uthi sigi prime minister jo leader Justin Trudeau sige o leader bane party de jadon ਉਹ ਪਾਰਟੀ ਦੇ ਵਿੱਚ ਦੁਬਾਰਾ ਇੱਕ ਐਕਸਾਈਟਮੈਂਟ ਆਈ ਸੀਗੀ। ਆਈ ਹੈਵ ਬੀਨ ਅ ਯੰਗ ਲਿਬਰਲ ਫਾਰ ਅ ਲੌਂਗ ਟਾਈਮ, ਪਰ ਉਸ ਟਾਈਮ ਤੇ ਇੱਕ ਨਵੀਂ ਐਕਸਾਈਟਮੈਂਟ ਪਾਰਟੀ ਦੇ ਵਿੱਚ ਦੁਬਾਰਾ ਆਈ ਸੀਗੀ, ਦੈਟ ਯੂ ਨੋ ਦਿਸ ਲੀਡਰ ਹੈਜ਼ ਵਿਜ਼ਨ, ਹੀ ਹੈਜ਼ ਕਰਿਜ਼ਮਾ, ਐਂਡ ਸੋ ਆਈ ਰੀਲੀ ਫੈਲਟ ਆਈ ਵਾਂਟਡ ਟੂ ਜੁਆਇਨ ਦ ਮੂਵਮੈਂਟ ਐਂਡ ਹੈਲਪ, ਐਂਡ ਮੈਨੂੰ ਇਹ ਵੀ ਸੀਗਾ ਵੀ ਆਪਣੇ ਏਰੀਆ ਦੇ ਵਿੱਚ ਚੰਗੀ ਰੈਪ੍ਰੈਜੈਂਟੇਸ਼ਨ ਹੋਵੇ, ਜਿਹੜੀ ਦੋਨਾਂ ਭਾਸ਼ਾ ਦੇ ਵਿੱਚ ਗੱਲਬਾਤ ਚੰਗੀ ਕਰ ਸਕਦਾ ਹੋਵੇ, ਰਾਈਟ? ਆਈ ਅੰਡਰਸਟੈਂਡ ਹਿੰਦੀ, ਉਰਦੂ, ਪੰਜਾਬੀ ਮੈਂ ਚੰਗੀ ਤਰ੍ਹਾਂ ਬੋਲ ਸਕਦੀ ਹੈਗੀ ਹਾਂ, ਐਂਡ ਇੰਗਲਿਸ਼ ਦੇ ਵਿੱਚ ਵੀ, ਯੂ ਨੋ, born and brought up here. So oh chichan jehdi gallan hai gi ne Ottawa ch jaake vi communicate kar sakdi hai gi, so I think har ek community nu ek strong communicator chahida hai ga, so I had that desire to try,
ਇੱਕ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਤੁਸੀਂ ਬਣਨਾ ਹੈਗਾ ਕਿ ਨਹੀਂ ਬਣਨਾ ਹੈਗਾ ਬਸ ਇੱਕ ਕੋਸ਼ਿਸ਼ ਹੁੰਦੀ ਹੈਗੀ ਆ ਐਂਡ ਹੇਅਰ ਆਈ ਐਮ ਸਿਟਿੰਗ ਇਨ ਫਰੰਟ ਆਫ ਯੂ ਟੁਡੇ Yeah, absolutely. Yeah. No, you know, everybody who dreams of something, they obviously work towards it, and that's your mm-hmm. dream to be an active person in the community and, you know, advocate for the public. That's amazing. You were on the standing committee for the status of women, and then you were also on the standing committee for house affairs, and you had a little bit of part in electoral reform also. Mm-hmm. What kind of developments or what kind of issues did you voice on? ਹਾਂਜੀ ਸੋ ਇਹ ਜਿਹੜਾ ਬਿਹਾਈਂਡ ਦ ਸੀਨਸ ਵਰਕ ਹੁੰਦਾ ਆ ਉਦਾਂ ਤਾਂ ਸਾਡੀਆਂ ਕਮੇਟੀ ਸਾਰੀਆਂ ਪਬਲਿਕ ਹੁੰਦੀਆਂ ਨੇ ਪਰ ਪੀਪਲ ਆਰ ਡੋਂਟ ਨੈਸੈਸਰਲੀ ਵਾਚ ਐਂਡ ਟਿਊਨ ਇਨ ਕਾਫੀ ਕਮੇਟੀਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਮੈਂ ਚੇਅਰ ਹੈਗੀ ਹਾਂ ਜਿਹੜੀ ਹਾਊਸ ਅਫੇਅਰਸ ਦੀ ਕਮੇਟੀ ਹੈਗੀ ਆ ਪ੍ਰੋਸੀਜਰ ਕਮੇਟੀ ਹੈਗੀ ਆ ਪਰ ਉਹ ਡੈਮੋਕ੍ਰੈਟਿਕ ਜਿਹੜੇ ਇੰਸਟੀਟਿਊਸ਼ਨਸ ਨੇ ਅਤੇ ਇਲੈਕਸ਼ਨ ਪ੍ਰੋਸੈਸ ਆ ਉਹਦੇ ਵੀ ਉਹ ਵਿੱਚ ਸੁਧਾਰ ਲਿਆਉਂਦੀ ਹੈਗੀ ਆ ਚੇਂਜਿਸ so that has been a really great experience hun vi jada pandemic election chal reha hega ode vich assi khas karke advice ditti hegi chief electoral officer nu bhi kis tarah election run kiti jani chahidi hai ek safe tarike de naal je election hundi hai and there's many other issues that come up in that committee jis tarah apne jehde institution ne foreign interference to kis tarah bachone hege ne public safety committee de vich vi main member rahi hegi ha there the issues were majorly mostly gun violence jo increase ho reha hai ga apni neighborhoods de vich ode te kis tarah onu decrease kita ja sakda hai ga ya and also bhi jehdi apni correctional institutions apne prisons hai ge ne kis tarah apa jehde qaidi hai ge ohna di ohna nu change kar sakde reform kar sakde hai ge ohna de time de vich So there's lots of different hot issues and in status of women I was there on that committee for a short time but you know obviously the issues that are hot there are always how can we make sure that we have representation of women mm-hmm. in every type of sector right and electoral reform ek bahut special committee sigi oh ek short mm-hmm. time lehi sigi jide vich we toured the country taking advice about je bhi apna jehda first past the post system ya wo change kita jana chahida ke nahi but I know like there's I could go in detail yeah, a lot course, but there's too much to talk about there of course before we go further into the interview we just have to take a small break we'll be right back Welcome back to See Dekh Rahe Ho Voters Talk. Main hai tumhari host Haneha Gulati. Aaj saade studio vich ek bahut hi khaas mehman han, Ruby Sahota ji jo ki Brampton North toh liberal candidate han. Main tumhari jankari layi dassaan ki Voters Talk tuhada program hai. Assi tuhade questions, tuhade sujhav lena chahunde ha. Tusi sanu Facebook, email ya phone karke apne questions de sakde ho taki assi party candidates de agge rakhiye te unhan nu jawab de kariye. Kisi bhi tarah da sawal, kisi bhi tarah da sujhav je tuhade man ch hai, tuhan sanu ਅੱਜ ਹੀ ਕਾਲ ਕਰੋ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਥੈਂਕ ਯੂ ਸੋ ਮੱਚ ਵਾਂਸ ਅਗੇਨ ਮਿਸ ਸਹੋਤਾ ਫੋਰ ਜੁਆਇਨਿੰਗ ਅਸ ਤੇ ਲੈਟਸ ਟਾਕ ਅ ਲਿਟਲ ਬਿਟ ਅਬਾਊਟ ਅੱਜ ਦੇ ਪਲੈਟਫਾਰਮ ਬਾਰੇ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀ ਗਈ ਹੈ ਸਭ ਤੋਂ ਪਹਿਲਾਂ ਚਾਈਲਡ ਕੇਅਰ ਯੂ ਨੋ ਦਿਸ ਬੱਚੇ ਜਿਹੜੇ ਨੇ ਹੁਣ ਸਕੂਲ ਵਾਪਸ ਜਲਦੀ ਸ਼ੁਰੂ ਕਰਨ ਵਾਲੇ ਨੇ ਤੇ ਕਿਹੜੀਆਂ ਇੰਪੋਰਟੈਂਟ ਸਟ੍ਰੈਟਜੀਜ਼ ਲਿਬਰਲ ਗਵਰਨਮੈਂਟ ਰੱਖ ਰਹੀ ਹੈ ਚਾਈਲਡ ਕੇਅਰ ਨੂੰ ਲੈ ਕੇ ਹਾਂਜੀ ਸੋ ਅਰਲੀ ਲਰਨਿੰਗ ਚਾਈਲਡ ਕੇਅਰ ਜੋ ਹੈਗਾ ਆ ਇਹ ਸਿਰਫ ਇੱਕ ਪਲੈਟਫਾਰਮ ਪ੍ਰੋਮਿਸ ਹੀ ਨਹੀਂ ਹੈਗਾ ਇਹ ਆਲਰੇਡੀ ਅਸੀਂ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ ਪਿਛਲੇ ਮਹੀਨਿਆਂ ਤੋਂ ਜਿਹੜੀਆਂ ਡਿਸਕਸ਼ਨਸ ਨੇ ਚੱਲ ਰਹੀਆਂ ਨੇ ਡਿਫਰੈਂਟ ਪ੍ਰੀਮੀਅਰਸ ਦੇ ਨਾਲ 8 ਪ੍ਰੋਵਿੰਸਿਸ ਨੇ ਆਲਰੇਡੀ ਐਗਰੀਮੈਂਟ ਸਾਈਨ ਕਰ ਲਈਆਂ ਹੈਗੀਆਂ ਫੈਡਰਲ ਗਵਰਨਮੈਂਟ ਦੇ ਨਾਲ ਐਂਡ ਸੋ ਇਹ 5 ਸਾਲ ਦਾ ਪਲਾਨ ਹੈਗਾ ਆ ਅਗਲੇ 2 ਸਾਲਾਂ ਦੇ ਵਿੱਚ ਜਿਹੜੀ ਚਾਈਲਡ ਕੇਅਰ ਦੀ ਕੋਸਟ ਹੈਗੀ ਆ ਉਹ 50% ਡਿਕਰੀਜ਼ ਹੋਊਗੀ ਨਵੇਂ ਚਾਈਲਡ ਕੇਅਰ ਸਪੇਸਿਸ ਬਣਾਏ ਜਾਣਗੇ ਨਿਊ ECE ਜਿਹੜੇ ਆਪਣੇ ਟੀਚਰਸ ਹੈਗੀਆਂ ਨੇ ਉਹ ਹਾਇਰ ਕੀਤੀਆਂ ਜਾਣਗੀਆਂ ਸੋ ਇਹਦੇ ਨਾਲ ਜੋਬਸ ਵੀ ਕ੍ਰੀਏਟ ਕੀਤੀਆਂ ਜਾਣਗੀਆਂ ਐਂਡ ਆਉਣ ਵਾਲੇ after 2 years the goal is be $10 taqreeban $10 tak jehda child care rahega per day ho jave this is a really fantastic program it's modeled off of the Quebec program mm-hmm. Quebec de vich already unna kol ek similar program hega ya and ode vich jab main numbers dekhe sige kuch detail de vich I saw that Quebec de vich jehda pehla workforce de vich female mm-hmm. participation siga wo sari country nalo lower siga jadon unna ne affordable child care lianda the female workforce participation went up it's the mm-hmm. highest in the country mm-hmm. this time te so ode nal unna di jehdi economic growth vi hai gi us province di is quite good so ek sirf
benefit nahi hai ga lokal le, it's also a benefit for the economy. Ek ta jobs create honi hai ye ne teachers le, that those types of jobs generally are done by many women, so us tarah bhi women nu support milugi, because I know many that you know have studied in that area, and apne bahut students bhi honde hai ge jehde is programs de vich study karde hai, so unhan nu bhi more opportunities milangiyan, and baki bacche di jehdi parvarish hundi hai ge jehdi early learning development hundi hai ge ohde vich bhi bahut farak penda jadon tusi young age to unhan nu start karde hai ge, so there's good you know outcomes for children. So all in all, I think you know it's going to be a really good program for Canada. Asi chahunde haan vi Doug Ford di sarkar vi is program de vich hissa paave. Haje tak ta unhan ne nahi agree kita hega, par it will be unfair, I think, Ontario de lokan layi vi, Ontario hi ni je reh gaya behind, then itthe di child care mehngi rahugi and baki provinces di cheap ho jugi. So. And why do you think he's not agreeing to that? Kyun nahi agree kar rahe? I don't know. I mean, conservative sarkars aam taur te privatization de vich jyada believe karde hege ne, and so perhaps that's what it is. Perhaps election karke unhan nu lag reha hega. I don't know, but aam taur te apa dekh sakte hege that they don't want to provide the supports jehdi saadi sarkar ne provide kite hege ne pehla te aun wale time de vich assi provide karna chahunde ha. But I think it's short-sightedness, because eda long-term fayda bahut hai gaya, and it's not just you know benefit for the families, it's benefit to our GDP as well. So talking about Doug Ford, recently he is about to talk, in fact he's going to make an announcement about the mandatory vaccine passports and stuff, and I think the you know the Liberal Party is also pledging around $1 billion for vaccine passports. Yes, aaj fir dobara Prime Minister ne eh vaada back kita hai gaya, abhi jede bhi province vaccine passports le program banona chahunda hai gaya, jo us program da cost hoga oh assi federal government binio cover karne layi taiyar hai gaya, kyunki jehdi data hai gi aa kine vaccine loai hai kine nahi loai hai gi oh provinces de kol hai. I know a lot of people are saying just federal government passports so ho bana den ja vaccine jo record hai ga jo na certificate kuch bhi oda na bana sakde hai gi but we don't have the data until the provinces share it with us. So edi gal baat kafi chaldi chal rahi hai gi, par har ek province ne nahi abhi data share kiti hai gi, so we are working towards that, but jo provinces ab the system banona chahunde hai gi non essential places le jo restaurants salons things like that business community mang kar rahi hai gi, so I think Ford government kafi pressure de thalle aayi hai gi is waqt, kyunki ek ta assi support de rahe ha payment di te dusri jehdi business community ya oh keh rahi hai gi assi lockdowns nahi dobara chahunde hai gi vi jo bhi apna public health nu jis tarah apa best bacha sakde hai gi te apne businesses te apni economy nu bhi bacha sakde ha apan nu oh rasta apna lena chahida hai ga te kuch vocal minority hegi a bahut small minority a jehdi shayad nahi chahundi hegi but that's okay, we have to you know jadon tusi government de vich ho tonu hard decisions banone pende a te jehda jide vich saryan da bhala hega overall jide vich apne health da te community da bhala hega oh steps apan nu lene chahide a. Right, talking about a little bit about COVID measures ki agle kuch saalan tak liberals ki strategy rahegi ki pandemic to ubhar ke economy nu wapas leke aaya ja sake lokan nu wapas resettle kita ja sake. Hanji, so sada you know ek joint effort hai ga economy da te environment da vi bhi green jobs de vich invest kita jave. We are you know electrifying our fleet here in Brampton. Thode chir pehla 2 mahine pehla announcement vi hoyi si bhi assi funding de rahe hage ha city of Brampton nu ethe apdi sari fleet hagi hai jehdi onu electric de vich transfer karan layi, and that is big news because apa ek first homange jehdi iddi vaddi fleet hogi kyunki apni jehdi ridership ya zyada hagi ha sharan chote sharan nalo, and so you know we will be one of a kind in Canada. We have a new facility we funded ohde vich 1000 jobs Brampton de vich create honngiyan, is buses de through vi hor jobs honngiyan, so we're looking at lots of things to make sure jehdi electric grid is platform de vich promise kiti gayi hagi aun wale saalan de vich bhi Canada jehdi electric grid ਤੇ ਕੋਲ ਪਾਵਰ ਐਨਰਜੀ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਹੀ ਹਟਾ ਦੇ ਜਾਊਗਾ, ਵਿਲ ਹੈਵ ਜ਼ੀਰੋ ਕੋਲ ਪਲਾਂਟਸ, ਐਂਡ ਸੋ ਉਹ ਟ੍ਰਾਂਜੀਸ਼ਨ ਲਈ ਇਟ ਕ੍ਰੀਏਟਸ ਅ ਲੋਟ ਆਫ ਡਿਫਰੈਂਟ ਟਾਈਪਸ ਆਫ ਜੌਬਸ, ਐਂਡ ਸੋ ਵੀ ਆਰ ਪ੍ਰੋਮਿਸਿੰਗ ਪਲੇਜਿੰਗ ਓਵਰ ਅ ਮਿਲੀਅਨ ਨਿਊ ਜੌਬਸ
And I can also say jehdi apni recovery so far ho rahi hai giya apan 90% jehdiyan jobs lose hoyan si pandemic de vich oh wapas aa giyan hai giyan ne je apan america de naal compare karde hai giyan unna di sirf 75% jobs regain hoyan ne so we are doing well and it's the ohi path de forward move karna chahunde hai giyan we don't want to go backwards we have to create these types of jobs jehdiyan future le jobs sustainable horn jobs jehdiyan you know jehdiyan jobs already phase out ho rahiyan hegiyan ne ode vich invest kari jaawange och koi fayda nahi right talking about businesses jive tusi kya ki we are going to start with new developments here there's also this thing being highlighted ki jehde high earners ne unna te tax hike lagayi jayegi why is that so and what's the need So we don't have in our platform we only have increasing jehdi cost banks nu jaugi banks ne bahut zyada fayda is pandemic de vich unna nu hoya hega ya banks insurance companies so we are going to tax them a little bit more so that jo apa supports bhi deni hai yani small businesses nu jis tarah main pehla ne kiya hega bhi jehda si support hun jehde ditne individual supports ditte si jehde lokan nu oh phase out ho rahe hege ne hun unna le time de vich unna nu convert kita ja reha hai ka rehiring programs de vich so that businesses nu oh supports milan taake oh dobara lokan nu hire kar sakan rehire or new employees nu hire kar sakan so oh supports chalde rahenge as long as businesses keep hiring new staff new employees that is our goal to make sure people have good well paying jobs to make sure jehde apne public health workers hege ne unna di bhi minimum at least $25 hove ek federal assi wage ta si already bada ditti hegi 15 minimum di we're hoping the provinces do the same so there's no tax from our party on you know the average middle class did I increase just the high earners and the larger corporations larger corporations higher earners you know top 1% ta sadi sarkar ne pehla vi 2015 ch jadi assi bane si assi top 1% nu vadh tax kita hega so that assi middle class nu thoda ja tax break de sakde si so of course everyone needs to pay their fair share apa dekhya hega bhi kuch log bahut benefit kar gaye hege ne and bahut log ne jehde you know ab da and masa hi oh meet kar paunde hege ne so we have to make sure bhi har ek nu equal opportunity milti hegi Yeah, well, lots and more to discuss. And before that, we'll take a short break. Thanks everybody for watching our program. We'll take a short break and we'll be right back. Keep watching Voters Talk. Hello everybody, welcome to Parvasi TV. I'm your host Haneha Gulati and thank you so much ki tusi sanu apne sawal bhej rahe ho, sanu phone calls kar rahe ho. We are very thankful ki tusi Voters Talk nu inna promote kar rahe ho te sare program nu apne social media te vi share kar rahe ho. Hune hune sanu kuch sawal pahunche han jo ki sade studio vich maujood sade guest, special guest Ruby Sahota nu puchhange te unna de jawab tuhade tak pahunchawange. Jidda ki assi tuhanu dassya hai ki election special ek khaas program Voters Talk assi tuhade agge leke aaye hain taaki tuhanu assi elections bare ज्यादा तो ज्यादा जानकारी दे सकिए सो रूबी जी सारे को एक होर सवाल आया है जो कि हले हले सानू टेक्स्ट किया है किसी ने प्रवासी टीवी दे नंबर ते वो जानना चाहते हैं कि जेड़ा स्टूडेंट दा जेड़ा लोन हैगा उदे बारे तुसी थोड़ा सानू दस सके और किस तरह दे रिलीफ जेड़े है अगे असीं एक्सपेक्ट कर सकते हैं ਹਾਂਜੀ ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਲੈਟਫਾਰਮ ਹੁਣ ਕੁਛ ਟਾਈਮ ਪਹਿਲਾਂ ਹੀ ਰਿਲੀਜ਼ ਹੋਇਆ ਹੈਗਾ ਆਈ ਐਮ ਮੇਕਿੰਗ ਸ਼ੋਰ ਆਈ ਰੀਡ ਦ ਫਾਈਨ ਡਿਟੇਲਸ ਇਨ ਦੈਟ ਪਰ ਜਿੱਥੇ ਤੱਕ ਮੈਨੂੰ ਪਤਾ ਹੈਗਾ ਆ ਅਸੀਂ ਆਲਰੇਡੀ ਜਿਹੜਾ student interest hai giya jehdi onu relief ditta hai ga pandemic de vich that relief goes till 2023 and ਜਿਹੜੇ ਇੰਟਰਸਟ ਹੈਗੀ ਆ ਉਹ ਪਰਮਨੈਂਟਲੀ ਹੁਣ ਇਸ ਪਲੈਟਫਾਰਮ ਦੇ ਵਿੱਚ ਪ੍ਰੋਮਿਸ ਕੀਤਾ ਗਿਆ ਹੈਗਾ ਵੀ ਸਟੂਡੈਂਟ ਇੰਟਰਸਟ ਜਿਹੜੀ ਪੈਂਦੀ ਹੈਗੀ ਉਹਨਾਂ ਦੇ ਲੋਨਸ ਦੇ ਉਹ ਪਰਮਨੈਂਟਲੀ ਰਿਮੂਵ ਕੀਤੀ ਜਾਊਗੀ ਸੋ ਸਟੂਡੈਂਟਸ ਵਿਲ ਨੋ ਲੋਂਗਰ ਹੈਵ ਟੂ ਪੇ ਇੰਟਰਸਟ ਔਨ ਦੇਅਰ ਸਟੂਡੈਂਟ ਲੋਨਸ ਆਈ ਥਿੰਕ ਇਹ ਬਹੁਤ ਵੱਡਾ ਰਿਲੀਫ ਹੋਊਗਾ ਸਟੂਡੈਂਟਸ ਲਈ ਵੀ ਉਹਨਾਂ ਨੂੰ ਸਿਰਫ ਪ੍ਰਿੰਸੀਪਲ ਜਿਹੜਾ ਹੈਗਾ ਉਹਨਾਂ ਦਾ ਵਾਪਸ ਦੇਣਾ ਪਊਗਾ ਜਿਹੜੇ ਗ੍ਰਾਂਟਸ ਵੀ ਮਿਲਦੇ ਹੈਗੇ ਸਟੂਡੈਂਟਸ ਸੋ ਲੋਨਸ ਤੋਂ ਅਲੱਗ ਗ੍ਰਾਂਟਸ ਹੁੰਦੇ ਆ ਜਿਹੜੇ ਤੁਹਾਨੂੰ ਬਿਲਕੁਲ ਹੀ ਨਹੀਂ ਰੀਪੇ ਕਰਨੇ ਪੈਂਦੇ ਉਹ ਅਸੀਂ ਆਲਰੇਡੀ ਡਬਲ ਕੀਤੇ ਹੈਗੇ ਆ ਪਿਛਲੇ ਕੁਛ ਸਾਲਾਂ ਦੇ ਵਿੱਚ and we're going to continue to extend these sort grants jehde hai gaya oh vi mil sakan students nu so that they don't have to pay anything back trying to make sure that the students that need it the most be oh sare pad lik sakan and obviously apni economy de vich long term de vich students da bahut benefit hai ga hissa paunde hai gaya get good jobs and make good money
Right. Talking about students, I want to highlight a little bit on international students, antarashtri students jehde aunde hai. Kaiya naal assi gal baat kiti, assi ja ke unhan nu sawal puche ki tusi sarkar to ki tuhadiyan expectations ne. Kai ta kaafi khush si ki jis tarah government ne speed up kita piche process ta kaafi lokan nu PR di application process karan da mauka mila. Kuch lokan ne eh kiya hai ki do teen dikkatan unhan nu aiyan hai. Ek ta unhan nu infrastructure di dikkat aa rahi hai ki jad international student itthe pahunchde han te unhan nu housing di problem aa rahi hai, resettlement di program aa rahi di problem aa rahi hai. ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਇਆ ਜਾਵੇ ਜਿਸ 'ਚ ਉਹਨਾਂ ਨੂੰ ਰੀਸੈਟਲ ਇੱਥੇ ਸੈਟਲ ਕਰਨ ਦੀ ਉਹਨਾਂ ਲਈ ਤਾਂ ਫਸਟ ਸੈਟਲਮੈਂਟ ਹੋਈ ਉਹਨਾਂ ਨੂੰ ਇੱਥੇ ਸੈਟਲ ਕਰਨ ਲਈ ਸਪੋਰਟ ਮਿਲੇ ਉਹਦੇ ਬਾਰੇ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਸਟ੍ਰੈਟਜੀਜ਼ ਆਉਣਗੀਆਂ ਹਾਂਜੀ ਆਲਰੇਡੀ ਇਹ ਗੱਲਬਾਤ ਹੋਈ ਹੈਗੀ ਆ ਜਿਹੜੀ IRCC ਦੀ ਫੰਡਿੰਗ ਹੁੰਦੀ ਹੈਗੀ ਆ ਰੀਸੈਟਲਮੈਂਟ ਲਈ ਜਾਂ ਸੈਟਲਮੈਂਟ ਪ੍ਰੋਗਰਾਮਸ ਲਈ ਜਿਹੜੇ ਆਰਗੇਨਾਈਜੇਸ਼ਨਸ ਨੂੰ ਫੰਡਿੰਗ ਜਾਂਦੀ ਹੈਗੀ ਆ ਉਹ ਪਹਿਲਾਂ ਸਿਰਫ ਉਹ ਰੈਫਿਊਜੀਜ਼ ਐਂਡ ਜਿਹੜੇ ਪਰਮਨੈਂਟ ਆਉਂਦੇ ਹੈਗੇ ਆ ਉਹਨਾਂ ਲਈ ਉਹ ਸੈਟਲਮੈਂਟ ਪ੍ਰੋਗਰਾਮਸ ਸੀਗੇ ਕਿਉਂਕਿ ਸਟੂਡੈਂਟਸ ਆਰ ਲਾਈਕ ਅ ਵਿਜ਼ਿਟਰ ਰਾਈਟ ਸੋ ਵਿਜ਼ਿਟਰਸ ਲਈ ਸੈਟਲਮੈਂਟ ਪ੍ਰੋਗਰਾਮਸ ਨਹੀਂ ਹੁੰਦੇ ਜਿਹੜਾ ਇੱਥੇ ਟੈਂਪਰੇਰੀਲੀ ਆਇਆ ਹੈਗਾ ਪਰ ਆਬਵੀਅਸਲੀ ਆਈ ਹੈਵ ਰੇਜ਼ਡ ਦਿਸ ਇਸ਼ੂ ਬਿਕਾਜ਼ ਵੀ ਹੈਵ ਸੀਨ ਜਿਹੜੇ ਸਟੂਡੈਂਟਸ ਆ ਰਹੇ ਹੈਗੇ ਨੇ they're not coming for a short time they are still having lots of challenges ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਬੇਸਮੈਂਟ ਸੇ 4-8 ਲੋਕ ਹਾਂਜੀ ਐਂਡ ਸੋ ਜਿਹੜੇ ਹੁਣ ਉਹ ਸੈਟਲਮੈਂਟ ਜਿਹੜੀ ਫੰਡਿੰਗ ਦਿੱਤੀ ਜਾਂਦੀ ਹੈਗੀ ਆ IRCC ਨੂੰ ਉਹਦੇ ਵਿੱਚ ਸਟੂਡੈਂਟਸ ਨੂੰ ਵੀ ਇੰਕਲੂਡ ਕੀਤਾ ਜਾਊਗਾ ਵੀ ਉਹ ਜਿਹੜੇ ਪੈਸੇ ਹੈਗੇ ਨੇ ਉਹ ਪ੍ਰੋਗਰਾਮਸ ਜਿਹੜੇ ਰਨ ਕਰਦੇ ਹੈਗੇ ਨੇ ਆਰਗੇਨਾਈਜੇਸ਼ਨਸ ਸਟੂਡੈਂਟਸ ਨੂੰ ਵੀ ਸਲਾਹ ਦੇਣ ਲਈ ਉਹਨਾਂ ਨੂੰ ਗਾਈਡ ਕਰਨ ਲਈ ਉਹ ਕਰ ਸਕਦੇ ਹੈਗੇ ਨੇ ਸੋ ਦਿਸ ਵਿਲ ਬੀ ਗੁੱਡ ਬਿਕਾਜ਼ ਜਿਹੜੀ ਸਪੋਰਟ ਸਟੂਡੈਂਟਸ ਨੂੰ ਚਾਹੀਦੀ ਹੈਗੀ ਆ ਕਾਉਂਸਲਿੰਗ ਜਿਸ ਤਰ੍ਹਾਂ ਲੋਕ ਕਹਿੰਦੇ ਹੈਗੇ ਆ ਗਾਈਡੈਂਸ ਚਾਹੀਦੀ ਹੈਗੀ ਆ ਉਹ ਮਿਲ ਸਕਦੀ ਹੈਗੀ ਆ ਇਸ ਪ੍ਰੋਗਰਾਮਸ ਦੇ ਥਰੂ ਰਾਈਟ ਕਿਸੇ ਦਾ ਹੁਣ ਇਹ ਕੁਐਸਚਨ ਆਇਆ ਹੈਗਾ ਕਿ CBSU ਨੂੰ ਵੀ ਫੰਡਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਐਡਵਰਟਾਈਜ਼ਿੰਗ ਨੂੰ ਕੱਟ ਕਰ ਸਕਣ ਤੇ ਇਜ਼ ਇਟ ਜਸਟ ਫਾਰ ਦ CBSU ਜਾਂ ਬਾਕੀ ਵੀ ਕੁਝ ਪ੍ਰਾਈਵੇਟ ਚੈਨਲਸ ਵੀ ਇਨਕਲੂਡ ਕੀਤੇ ਜਾਣਗੇ ਹਾਂਜੀ ਇਸ ਪੈਂਡੈਮਿਕ ਦੇ ਵਿੱਚ ਅਸੀਂ ਬਹੁਤ ਫੰਡਿੰਗ ਦਿੱਤੀ ਹੈਗੀ ਆ ਬਹੁਤ ਪ੍ਰੋਗਰਾਮਸ ਨੂੰ ਮੀਡੀਆ ਨੂੰ ਇਸ ਪੈਂਡੈਮਿਕ ਦੇ ਵਿੱਚ ਕਾਫੀ ਮੁਸ਼ਕਲ ਆਈ ਹੈਗੀ ਆ ਜਿਸ ਤਰ੍ਹਾਂ ਹਰ ਇੱਕ ਇੰਡਸਟਰੀ ਨੂੰ ਆਈ ਹੈਗੀ ਆ ਵਾ ਮੇ ਬੀ ਆਈ ਸ਼ੁਡਨਟ ਸੇ ਹਰ ਇੱਕ ਇੰਡਸਟਰੀ ਨੂੰ ਪਰ ਬਹੁਤ ਇੰਡਸਟਰੀਜ਼ ਨੂੰ ਆਈ ਹੈਗੀ ਆ ਐਂਡ ਉਹਨਾਂ ਨੂੰ ਇਸ ਪੈਂਡੈਮਿਕ ਦੇ ਥਰੂ ਵੀ ਸਪੋਰਟ ਕੀਤਾ ਗਿਆ ਹੈਗਾ ਆ ਐਂਡ ਸੋ ਆਫ ਕੋਰਸ ਵੀ ਵਾਂਟ ਟੂ ਕੰਟੀਨਿਊ ਟੂ ਮੇਕ ਸ਼ੋਰ ਵੀ ਵੀ ਹੈਵ ਅ ਥਰਾਈਵਿੰਗ ਮੀਡੀਆ ਲਿਬਰਲ ਪਾਰਟੀ ਇਜ਼ ਯੂ ਨੋ transparent jo unbiased media hai gya we want to make sure be oh ho long term lay ithe apni democracy nu serve kar sakan because without media you don't have a strong democracy and so we will continue supporting our media right and talking about international student and refugees obviously we're gonna expect a lot more visitors guests and of course future Canadians Afghan refugees so I do not understand that the Liberal government is planning to double the number of people they want to settle from 20,000 it's 40,000 now they unhan liye bhi thodi funding jari kiti ja rahi hai to unhan liye bhi kuch plans in place ne hanji so it's similar to the Syrian program mere office de vich jime ਰੋਜ਼ ਹੀ ਅਫਗਾਨ ਫੈਮਲੀਜ਼ ਆ ਰਹੀਆਂ ਹੈਗੀਆਂ ਨੇ ਐਂਡ ਆਈ ਨੋ ਕਈਆਂ ਦੀ ਐਕਸਪੈਕਟੇਸ਼ਨ ਹੈਗੀ ਆ ਵੀ ਪਤਾ ਨਹੀਂ ਸਿੱਧੇ ਹੀ ਯੂ ਨੋ ਵਿਦ ਇਨ ਡੇਜ਼ ਲੋਕ ਪਹੁੰਚ ਸਕਦੇ ਹੈਗੇ ਆ ਇਟਸ ਨੋਟ ਲਾਈਕ ਦੈਟ ਪ੍ਰੋਗਰਾਮ ਦਾ ਪ੍ਰੋਸੈਸ ਹੁੰਦਾ ਹੈਗਾ ਆ ਇਹਦਾ ਸੋ ਜਿਹੜੇ ਰੈਫਿਊਜੀ ਕੈਂਪਸ ਦੇ ਵਿੱਚ ਹੈਗੇ ਨੇ ਇਸ ਟਾਈਮ ਜਿਹੜੇ ਨਿਕਲ ਰਹੇ ਹੈਗੇ ਨੇ ਅਫਗਾਨਿਸਤਾਨ ਤੋਂ ਉਹਨਾਂ ਨੂੰ UNHCR ਦੇ ਨਾਲ ਰਜਿਸਟਰ ਕਰਨਾ ਪੈਂਦਾ ਹੈਗਾ ਉਹ ਵੈਰੀਫਾਈ ਕਰਦੇ ਹੈਗੇ ਨੇ ਉਹਨਾਂ ਦੇ ਬੈਕਗ੍ਰਾਊਂਡ ਚੈੱਕਸ ਕਰਦੇ ਨੇ ਵੀ ਇੱਕ ਰੈਫਿਊਜੀ ਹੈਗੇ ਨੇ ਐਂਡ ਉਹਨਾਂ ਨੂੰ ਫਿਰ ਸਰਟੀਫਿਕੇਟ ਮਿਲਦਾ ਹੈਗਾ ਆ ਦੈਨ ਉਸ ਪ੍ਰੋਗਰਾਮ ਦੇ ਵਿੱਚ ਲੋਕ ਪ੍ਰਾਈਵੇਟਲੀ ਸਪੋਂਸਰ ਕਰ ਸਕਦੇ ਹੈਗੇ ਇਸ ਰੈਫਿਊਜੀਜ਼ ਨੂੰ ਉਹਨਾਂ ਨੂੰ ਇੱਕ ਸਾਲ ਦਾ ਉਹਨਾਂ ਦਾ ਖਰਚਾ ਚੱਕਣਾ ਪੈਂਦਾ ਹੈਗਾ ਸੋ ਇੱਕ ਤਾਂ ਗਰੁੱਪ ਆਫ 5 ਸਪੋਂਸਰਸ਼ਿਪ ਹੁੰਦੀ ਹੈਗੀ ਆ ਤੇ ਇੱਕ ਕੁਝ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਨ੍ਹਾਂ ਕੋਲ ਅਗਰੀਮੈਂਟਸ ਹੈਗੇ ਨੇ IRCC ਦੇ ਨਾਲ ਜਿਹਦੇ ਥਰੂ ਉਹ ਸਪੋਂਸਰ ਕਰ ਸਕਦੇ ਆ ਤੇ ਉਹਨਾਂ ਨੂੰ ਸਾਰਾ ਖਰਚਾ ਕਰਨਾ ਪੈਂਦਾ ਹੈਗਾ ਆ ਤੇ ਅੱਧਾ ਜਿਹੜਾ ਪ੍ਰੋਗਰਾਮ ਹੁੰਦਾ ਐਂਡ ਆਈ ਡੋਂਟ ਨੋ ਬ੍ਰੇਕਅਪ ਕੀ ਹੋਊਗਾ ਇਸ ਟਾਈਮ ਤੇ ਪਰ some of the program the other side is government sponsored as well right. so oh side the government sponsored karda hega UN choose karda hega jehdiyan priorities dittiyan gaiyan ne jehde minorities hege ne ja hazara community de hege ne women leaders journalists ohna nu prioritize kita jauga UN de through and fir oh list oh western countries nu dende hege ya canada was the first to announce but we won't be the only one jinne bhi apne ally countries hege ne oh sare hi they step up and they help with this crisis and kal hi mere kol ek case aaya hai guys it's very tragic stories I mean everyone is very scared for their family bahut log ne jinna diyan paina hegiyan ne unna ne 90s de vich dekhya hega vi taliban de kis tarah policies sigiyan kis kis tarah da unna da saluk siga lokan de naal especially aurtan de naal and they're scared
they're really scared only trust kar rahe hain jinne bhi math can families in al gal kar rahi hai they don't trust bhi jadon media di nazar hat gayi hai ja internet katya gaya you know that's their fear bhi us to baad pata nahi ithe ki hona hai controlled media just like the telecast we saw char saal da ek father aaya si mere kol kal and he was playing because jadon bomb blast hoya si ga airport te us din odi family utthe aayi hoyi si gi oh pr hai ga ithe odi family te ode bacche utthe si ge bomb blast de vich ਉਹਨਾਂ ਦੀ ਫੈਮਿਲੀ ਵਾਈਫ ਤੇ ਬੱਚੇ ਅਫਗਾਨਿਸਤਾਨ ਦੇ ਵਿੱਚ ਹੀ ਹੈਗੇ ਨੇ ਉਹ ਜਦੋਂ ਰੋਲਾ ਪਿਆ ਉੱਥੇ ਹੀ ਉਹਨਾਂ ਨੇ ਪਲੇਨ ਅਬੋਰਡ ਕਰਨਾ ਸੀਗਾ ਉਸ ਦਿਨ ਉਹ ਉੱਥੇ ਹੀ ਰਹਿ ਗਏ ਹੈਗੇ ਨੇ ਪਰ ਉਹਨਾਂ ਦਾ 4 ਸਾਲ ਦਾ ਬੇਟਾ ਹੈਗਾ ਆ ਜਿਹੜੀ ਅਮਰੀਕਨ ਆਰਮੀ ਨੇ ਉਹਨੂੰ ਲੈ ਗਏ ਹੈਗੇ ਨੇ ਤੇ ਉਹਨਾਂ ਨੂੰ ਲੱਭ ਨਹੀਂ ਰਿਹਾ ਹੈਗਾ 25 ਤਰੀਕ ਤੋਂ ਆਪਦੇ ਬੇਟੇ ਨੂੰ ਲੱਭ ਰਹੇ ਹੈਗੇ ਨੇ ਉਹਨਾਂ ਨੂੰ 4 ਸਾਲ ਦਾ ਆਪਦਾ ਬੇਟਾ ਨਹੀਂ ਪਤਾ ਵੀ ਉਹ ਕਿੱਥੇ ਹੈਗਾ ਦੁਨੀਆ ਦੇ ਵਿੱਚ ਕਿੱਥੇ ਗਿਆ ਤੇ ਅਸੀਂ ਟਰੈਕ ਡਾਊਨ ਕਰਨ ਦੀ ਟਰਾਈ ਕਰ ਰਹੇ ਹੈਗੇ ਅਮਰੀਕਨ ਗਵਰਨਮੈਂਟ ਦੇ ਥਰੂ ਵੀ ਉਹ ਕਿੱਥੇ ਆ ਲੱਗ ਰਿਹਾ ਹੈਗਾ ਵੀ ਸ਼ਾਇਦ ਕਟਾਰ ਦੇ ਵਿੱਚ ਹੋਵੇ ਬਟ ਵੀ ਡੋਨਟ ਹੈਵ ਐਨੀ ਅਫੀਸ਼ੀਅਲ ਇਨਫੋਰਮੇਸ਼ਨ ਯੈਟ ਸੋ ਥੀਸ ਆਰ ਦ ਟਾਈਪਸ ਆਫ ਸਟੋਰੀਜ਼ ਦੈਟ ਕਮ ਟੂ ਅਸ ਦਿਸ ਇਜ਼ ਦ ਟਾਈਪ ਆਫ ਵਰਕ ਵੀ ਡੂ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਇਹ ਸਭ ਤੋਂ ਜ਼ਿਆਦਾ ਆਈ ਥਿੰਕ ਇੰਪੋਰਟੈਂਟ ਹੈਗਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜਾ ਵੀ ਜਦੋਂ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਕੋਈ ਇੰਨਾ ਜ਼ਿਆਦਾ ਵਲਨਰੇਬਲ ਬੰਦਾ ਆ ਰਿਹਾ ਹੈਗਾ ਆ ਜਿਹਦਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਆਈ ਕੈਨਟ ਇਵਨ ਇਮੇਜਿਨ ਐਜ਼ ਅ ਮਦਰ ਯਾ ਯੂ ਹੈਵ ਅ ਲਿਟਲ ਸਨ ਐਜ਼ ਅ ਮਦਰ ਆਈ ਕੈਨਟ ਇਮੇਜਿਨ ਨਾਟ ਨੋਇੰਗ ਵੇਅਰ ਯੂਰ ਕਿਡ ਇਜ਼ ਯੂ ਨੋ ਕੋਈ ਅਨਜਾਨ ਲੋਕ ਚੱਕੇ ਲੱਗੇ ਹੈਗੇ ਨੇ ਦੇ ਹੈਵ ਨੋ ਅਦਰ ਪਰਸਨ ਟੂ ਗੋ ਟੂ ਹੈਲਪ ਫॉर ਯੂ ਨੋ ਦੇ ਹੈਵ ਨੋ ਕੰਟੈਕਟ ਦੇ ਨੋ ਇਨਫੋਰਮੇਸ਼ਨ ਸੋ ਦੈਟਸ ਵਾਈ ਹੈਵਿੰਗ ਅ ਮੈਂਬਰ ਆਫ ਪਾਰਲੀਮੈਂਟ ਜਿਹੜਾ ਐਕਸੈਸਿਬਲ ਹੈਗਾ ਜਿਹੜਾ ਕੈਂਪੇਨ ਟਾਈਮ ਤੇ ਵੀ ਰੁਕ ਕੇ ਇਸ ਤਰ੍ਹਾਂ ਦੀਆਂ ਮੀਟਿੰਗਸ ਅਦਾ ਦਿਨ ਇਹਨਾਂ ਤੇ you know spend karda hai gaya is really important I think first and foremost meri duty bandi hai gi abhi jehde is tarah de situations de vich log ne unna di gall sunni and unna di jinni bhi main madad kar sakdi ha karni because it's a tough I've been on the other side and ohi cheez thonu motivate kardi hai gi abhi je main unna di position de vich hova te mere kol koi hope ja koi hor aas nahi hai gi sirf thoda member of parliament hunda ya bhi oh member of parliament thonu kis tarah treat karda hai ga ya kis tarah koshish karda hai ga genuinely ja you know unna nu koi hor cheez zyada interest hai ga so those are the stories that are you know very heartbreaking and ehi main you know thode viewers nu vi dasna chahundi hai gi that jehdi situation hai is very tragic it's very very tragic situation and gay par apa fully comprehend and understand nahi kar sakde jinna chir aapa kise nu jande nahi hai ge jithe naal is tarah hoya hove right so I think Canada da farz banda hai ga help karan da we were there on the mission for many many years and jo assi kar sakde especially jehde ithe Canadians ne already unna di families dai apan nu karna chahida hai ga right well you know thanks for highlighting that and you know sharing that precious information with our viewers and with us and to see kvari fir to campaign ch khade ho rahe ho badi tough ladai hai pandemic chal raha hai kuch tusi dasna chaho ki lokanu ki why should they elect Ruby Sahota kehiya policies ne kehiya jehiya nayi cheeza ne jehiya tusi introduce karna chahnde ho you want to advocate for oh tusi lokan naal sanjhya karo please ਹਾਂਜੀ ਅਖੀਰ ਦੇ ਵਿੱਚ ਮੇਰੀ ਇਹੀ ਬੇਨਤੀ ਹੈਗੀ ਆ ਦੈਟ ਤੁਸੀਂ ਬਹੁਤ ਮੈਨੂੰ ਸਪੋਰਟ ਦਿੱਤੀ ਹੈਗੀ ਆ ਕਾਫੀ ਆਲਮੋਸਟ 5.5 ਈਅਰਸ ਲਈ ਐਂਡ ਇਹੀ ਬੇਨਤੀ ਹੈਗੀ ਆ ਵੀ ਇਸ ਟਾਈਮ ਵੀ ਤੁਸੀਂ ਸਪਟੈਂਬਰ 20th ਨੂੰ ਇਲੈਕਸ਼ਨ ਡੇ 'ਤੇ ਜ਼ਰੂਰ ਆਪਦੀ ਕੀਮਤੀ ਵੋਟ ਪਾਇਓ ਐਡਵਾਂਸ ਵੋਟਿੰਗ ਵੀ ਹੋਊਗੀ 4 ਦਿਨਾਂ ਲਈ ਸਪਟੈਂਬਰ 10, 11, 12 ਐਂਡ 13 ਨੂੰ ਸੋ ਇਲੈਕਸ਼ਨਸ ਕੈਨੇਡਾ ਦੀ ਇਨਫੋਰਮੇਸ਼ਨ ਤੁਹਾਡੇ ਮੇਲ ਬਾਕਸਿਸ ਦੇ ਵਿੱਚ ਆਊਗੀ ਵੀ ਤੁਸੀਂ ਕਿਸ ਤਰ੍ਹਾਂ ਕਿੱਥੇ ਜਾ ਕੇ ਵੋਟ ਪਾ ਸਕਦੇ ਹੈਗੇ ਹੋ ਐਂਡ ਆਈ ਥਿੰਕ ਇਟਸ ਇੰਪੋਰਟੈਂਟ ਫਾਰ ਯੂ ਟੂ ਮੇਕ ਸ਼ੋਰ ਵੀ ਤੁਸੀਂ ਸਾਰਿਆਂ ਦੀਆਂ ਜਿਹੜੀਆਂ ਪੋਲਿਸੀਜ਼ ਹੈਗੀਆਂ ਉਹਨਾਂ ਨੂੰ ਦੇਖਦੇ ਹੈਗੇ ਆ ਜਿਹੜੀ ਸਾਡੀ ਪਲੈਟਫਾਰਮ ਨਿਕਲੀ ਹੈਗੀ ਆ ਉਹ ਫੁੱਲੀ ਉਹਦੀ ਕੋਸਟਿੰਗ ਵੀ ਕੀਤੀ ਗਈ ਹੈਗੀ ਆ ਦੂਸਰੀ ਪਾਰਟੀਜ਼ ਨੇ ਨਹੀਂ ਦੱਸਿਆ ਹੈਗਾ ਵੀ ਉਹਨਾਂ ਦੇ ਜਿਹੜੇ ਪ੍ਰੋਮਿਸਿਸ ਹੈਗੇ ਨੇ ਉਹ ਕੀ ਕੋਸਟ ਕਰਨਗੇ ਕੀ ਉਹ ਪ੍ਰੈਕਟੀਕਲ ਹੈਗੇ ਨੇ ਕੀ ਕੀਤੇ ਜਾ ਸਕਦੇ ਹੈਗੇ ਨੇ ਸੋ ਇਹ ਵੀ ਗੱਲ ਇੰਪੋਰਟੈਂਟ ਆ ਐਕਸਪੀਰੀਅੰਸ ਵੀ ਇੰਪੋਰਟੈਂਟ ਹੈਗਾ ਆ ਪਿਛਲੇ ਕਈ ਸਾਲਾਂ ਦੇ ਵਿੱਚ ਮੇਰਾ ਐਕਸਪੀਰੀਅੰਸ ਵਧਿਆ ਹੈਗਾ ਐਂਡ ਆਈ ਐਮ ਸ਼ੋਰ ਮੇਰੇ ਤੋਂ ਕੁਝ ਗਲਤੀਆਂ ਵੀ ਹੋਈਆਂ ਨੇ ਪਰ ਮੈਂ ਜੈਨੂਇਨਲੀ ਹਮੇਸ਼ਾ ਆਪਦਾ ਬੈਸਟ ਟਰਾਈ ਕਰ ਰਹੀ ਹੈਗੀ ਹਾਂ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਈ ਵਾਂਟ ਟੂ ਮੇਕ ਸ਼ੋਰ ਵੀ ਤੁਹਾਡੇ ਨਾਲ ਜੁੜ ਕੇ ਆਪਾਂ ਹੋਰ ਵੀ ਬ੍ਰੈਂਪਟਨ ਨੂੰ ਤੇ ਕੈਨੇਡਾ ਨੂੰ ਵਧੀਆ ਬਣਾ ਸਕੀਏ ਐਂਡ ਸੋ ਜਿੰਨੀ ਵੀ ਤੁਹਾਡੀ ਫੀਡਬੈਕ ਆ ਆਈ ਵੈਲਕਮ ਇਟ ਜਿਹੜੇ ਨੂੰ ਵੀ ਲੋੜ ਹੈਗੀ ਕੋਈ ਸਲਾਹ ਦੀ ਜਾਂ ਕੋਈ ਫੀਡਬੈਕ ਦੀ ਜਾਂ ਕੋਈ ਪਰਸਨਲ ਇਸ਼ੂ ਦੀ ਤੁਸੀਂ ਹਮੇਸ਼ਾ ਮੇਰੇ ਤੱਕ ਪਹੁੰਚ ਕਰ ਸਕਦੇ ਹੈਗੇ ਹੋ ਥੈਂਕ ਯੂ
ਏਸਨ ਰੂਬੀ ਸਹੋਤਾ ਜੀ ਸੋ ਜੋ ਕਿ ਬ੍ਰੈਂਪਟਨ ਨਾਰਥ ਤੋਂ ਲਿਬਰਲ ਕੈਂਡੀਡੇਟ ਹਨ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਵੋਟਰ ਸਟਾਕ ਵਿੱਚ ਅਸੀਂ ਤੁਹਾਡੇ ਸਵਾਲ ਸਾਰੇ ਕੈਂਡੀਡੇਟਸ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਸਾਨੂੰ ਅੱਜ ਹੀ ਈਮੇਲ ਕਰੋ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ ਜਾਂ ਫੋਨ ਵੀ ਕਰ ਸਕਦੇ ਹੋ ਮੈਂ ਹਾਂ ਹਰਨੀਹਾ ਗੁਲਾਟੀ ਐਂਡ ਵਿਲ ਸੀ ਯੂ ਇਨ ਦ ਨੈਕਸਟ ਸ਼ੋਅ ਆਫ ਵੋਟਰ ਸਟਾਕ